ਜਿਹੜਾ ਸਿੱਧੂ ਮੂਸੇਵਾਲੇ ਉੱਤੇ ਅਟੈਕ ਹੋਇਆ ਉਹ ਅਟੈਕ ਡਰਾਉਣ ਲਈ ਨਹੀਂ ਸੀ ਉਹ ਅਟੈਕ ਮਾਰਨ ਦੇ ਲਈ ਸੀ ਜਿਹੜੇ ਹਥਿਆਰ ਵਰਤੇ ਗਏ ਨੇ ਖਬਰਾਂ ਦੇ ਵਿੱਚ ਪਤਾ ਲੱਗ ਰਿਹਾ ਜਿੰਨੀਆਂ ਗੋਲੀਆਂ ਮਾਰੀਆਂ ਗਈਆਂ ਨੇ ਜਿਸ ਤਰੀਕੇ ਅਟੈਕ ਹੋਇਆ ਬਹੁਤ ਸਵਾਲ ਚੱਕੇ ਜਾ ਰਹੇ ਨੇ ਸਰਕਾਰ ਦੇ ਉੱਤੇ ਸਵਾਲ ਚੱਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਕਿ ਸਿਕਿਉਰਿਟੀ ਚੈੱਕਲੀ ਸੀ ਪਰ ਜੇ ਖਾਸ ਤੌਰ ਤੇ ਕੋਈ ਮਸ਼ਹੂਰ ਬੰਦਾ ਉਹਦੀ ਜੇ ਕਿਸੇ ਨੇ ਰੇਕੀ ਕਰਨੀ ਆ ਜਾਂ ਉਹਨੂੰ ਜੇ ਮਾਰਨ ਬਾਰੇ ਸੋਚ ਹੀ ਲਿਆ ਤਾਂ ਉਹਨੂੰ ਬਚਾਇਆ ਨੇ ਜਾ ਸਕਦਾ ਹਾਂ ਸਿਕਿਉਰਿਟੀ ਦਾ ਫਾਇਦਾ ਹੁੰਦਾ ਪਰ ਸੁੱਖਾ ਕਾਲੂਆਂ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਸਿਕਿਉਰਿਟੀ ਚਲੋ ਗਰਦ ਘਟਾਤੀ ਸੀਗੀ ਪਰ ਸਿਕਿਉਰਿਟੀ ਦੇ ਨਾਲ ਵੀ ਉਹਦਾ ਕਤਲ ਕਰ ਗਏ ਸੀਗੇ ਬਹੁਤ ਗੋਲੀਆਂ ਮਾਰੀਆਂ ਸੀਆਂ ਸੁੱਖੇ ਨੂੰ ਵੀ ਸੋ ਬਹੁਤ ਦੁੱਖ ਦੀ ਗੱਲ ਹੈ ਕਿਉਂ ਹੋਇਆ ਕਿਵੇਂ ਹੋਇਆ ਕਿਹਨੇ ਕਰਿਆ ਕਾਹਤੇ ਕਰਿਆ ਇਹ ਸਵਾਲਾਂ ਦੇ ਜਵਾਬ ਸ਼ਾਇਦ ਮਿਲ ਜਾਣ ਅਕਸਰ ਸੱਚਾਈ ਜਿਹੜੀ ਹੈ ਐਸੀਆਂ ਵਾਰ ਦਤਾਂ ਤੋਂ ਬਾਅਦ ਸਾਹਮਣੇ ਨਹੀਂ ਆਉਂਦੀ ਪਰ ਉਮੀਦ ਕਰਦੇ ਆ ਕਿ ਸਾਹਮਣੇ ਆਵੇ ਪਰ ਮੈਂ ਇੱਥੇ ਆਹ ਕਲਿੱਪ ਬਣਾ ਰਿਹਾ ਐਜ਼ ਅ ਫੈਨ ਜਾਂ ਐਜ਼ ਅ 뮤직 ਲਵਰ 5 6 ਸਾਲਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇਤਿਹਾਸ ਰਚ ਕੇ ਦਿਖਾਤਾ ਜਿਮ ਦੇ ਵਿੱਚ ਜੇ ਗੀਤ ਚੱਲਦੇ ਸੀ ਤਾਂ ਸਿੱਧੂ ਮੂਸੇਵਾਲੇ ਦੇ ਚੱਲਦੇ ਸੀ ਗੱਡੀਆਂ 'ਚ ਜੇ ਗੀਤ ਚੱਲਦੇ ਸੀ ਤਾਂ ਸਿੱਧੂ ਮੂਸੇਵਾਲੇ ਦੇ ਚੱਲਦੇ ਸੀ ਦੁਨੀਆ ਭਰ ਦੇ ਵਿੱਚ ਜੇ ਕੋਈ ਪੁੱਛਦਾ ਸੀਗਾ ਕੋਈ ਪੰਜਾਬੀ ਸਿੰਗਰ ਬਾਰੇ ਦੱਸੋ ਤਾਂ ਅਸੀਂ ਸਰਚ ਕਰਕੇ ਸਿੱਧੂ ਮੂਸੇ ਵਾਲੇ ਦੇ ਗੀਤ ਸੁਣਾਉਂਦੇ ਸੀ ਤੇ ਗੀਤ ਸੁਣ ਕੇ ਈਵਨ ਜਿਹੜੇ ਗੋਰੇ ਸੀ ਉਹ ਕਹਿੰਦੇ ਸੀ ਵਾਹ ਕਿੰਨਾ ਜੋਸ਼ ਹੈ ਗੀਤਾਂ ਦੇ ਵਿੱਚ ਕਈ ਕਿਤੇ ਸਾਲ ਲੱਗ ਜਾਂਦੇ ਨੇ ਐਸੇ ਉਪਲਬਧੀਆਂ ਕਰਨ ਨੂੰ ਜੋ ਸਿੱਧੂ ਮੂਸੇ ਵਾਲੇ ਨੇ ਇੰਨੀ ਘੱਟ ਉਮਰ 'ਚ ਕੀਤੀਆਂ ਆਪਣੇ ਸ਼ੌਕ ਪੂਰੇ ਕੀਤੇ 9/11 ਨੂੰ ਫੇਮਸ ਕੀਤਾ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕੀਤੇ ਖੁਸ਼ੀ ਹੁੰਦੀ ਸੀ ਜੇ ਦੇਖ ਕੇ ਕਿ ਹਾਂਜੀ ਹਵੇਲੀ ਬਣਾਈ ਐ ਜ਼ਮੀਨਾਂ ਲੈ ਰਿਆ ਟਰੈਕਟਰ ਨੂੰ ਜਿਹੜੀਆਂ ਐਕਸੈਸਰੀਜ਼ ਪਾਉਂਦਾ ਸੀਗਾ ਜਾਂ ਜੀਪਾਂ 18 ਜਾਂ ਜੋ ਵੀ ਉਹਦੇ ਸ਼ੌਕ ਸੀਗੇ ਉਹ ਦੇਖ ਕੇ ਵਧੀਆ ਲੱਗਦਾ ਸੀਗਾ ਕਿ ਚਲੋ ਯਾਰ ਜੋ ਬੰਦਾ ਚਾਹੁੰਦਾ ਹੈ ਜੋ ਬੰਦਾ ਕਰਨਾ ਚਾਹੁੰਦਾ ਉਹ ਕਰ ਰਿਹਾ ਉਹ ਕਰਕੇ ਦਿਖਾਤਾ ਤੇ ਅੱਗੇ ਬਹੁਤ ਕੁਝ ਕਰਨਾ ਸੀ 29 ਦੀ ਸਾਲ ਦੀ ਉਮਰ ਬਾਈ ਕੋਈ ਜ਼ਿਆਦਾ ਨਹੀਂ ਹੁੰਦੀ ਉਹ ਦੁਨੀਆ ਤੋਂ ਗਿਆ ਨੇ ਉਹਨੂੰ ਦੁਨੀਆ ਤੋਂ ਭੇਜ ਦਿੱਤਾ ਗਿਆ ਗੀਤ ਰਹਿਣਗੇ ਸਿੱਧੂ ਮਸੇਵਾਲੇ ਦੇ ਹਮੇਸ਼ਾ ਦੇ ਲਈ ਰਹਿਣਗੇ ਪਰ ਜਿਹੜਾ ਮਾਂ ਦਾ ਪੁੱਤ ਚਲਾ ਗਿਆ ਪਿਓ ਦਾ ਪੁੱਤ ਚਲਾ ਗਿਆ ਭੈਣ ਦਾ ਭਰਾ ਚਲਾ ਗਿਆ ਉੱਕਾ ਦੇ ਮੁੜ ਕੇ ਵਾਪਸ ਨਹੀਂ ਆਉਣਾ ਲੰਮਾ ਉੱਚਾ ਪੰਜਾਬੀ ਗੱਭਰੂ ਸਿਰ ਤੇ ਦਸਤਾਰ ਸਜਾ ਕੇ ਪੱਗ ਸਜਾ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਪੰਜਾਬੀ ਕਮਿਊਨਿਟੀ ਨੂੰ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਸੀ YouTube ਦੇ ਉੱਤੇ ਅਕਸਰ ਵੀਡੀਓ ਦੇਖਣੇ ਜਦੋਂ ਬੰਬੇ ਏਅਰਪੋਰਟ ਤੇ ਉਤਰਿਆ ਮੁੰਬਈ ਏਅਰਪੋਰਟ ਤੇ ਜਾਂ ਕਿਤੇ ਇੰਟਰਨੈਸ਼ਨਲ ਏਅਰਪੋਰਟ ਤੇ ਉਤਰਿਆ ਦੁਨੀਆ ਭਰ ਘੁੰਮ ਚੁੱਕ ਕੇ ਵਾਪਸ ਆਪਣੇ ਮੂਸੇ ਨੂੰ ਆਪਣੇ ਇਲਾਕੇ ਨੂੰ ਪਿਆਰ ਕਰਦਾ ਸੀਗਾ ਪੰਜਾਬ 'ਚ ਰਹਿੰਦਾ ਸੀਗਾ ਨਹੀਂ ਤਾਂ ਉਹਦੇ ਕੋਲ ਨਾ ਤਾਂ ਪੈਸੇ ਦੀ ਕਮੀ ਸੀ ਨਾ ਕਿਸੇ ਹੋਰ ਚੀਜ਼ ਦੀ ਕਮੀ ਸੀ ਉਹ ਕਿਤੇ ਵੀ ਰਹਿ ਸਕਦਾ ਸੀ ਸੋ ਪਤਾ ਨਹੀਂ ਮਾਰਨ ਵਾਲਿਆਂ ਨੂੰ ਕੀ ਐਸਾ ਕਾਰਨ ਲੱਗਿਆ ਜਿਹਦੇ ਕਰਕੇ ਉਹਨਾਂ ਨੂੰ ਲੱਗਿਆ ਕਿ ਇਹਨੂੰ ਮਾਰ ਹੀ ਦੇਣਾ ਚਾਹੀਦਾ ਨਹੀਂ ਤਾਂ ਡਰਾ ਦਿੰਦੇ ਧਮਕੀ ਦੇ ਦਿੰਦੇ ਕਿਸੇ ਹੋਰ ਤਰੀਕੇ ਗੱਲ ਸਮਝਾ ਦਿੰਦੇ ਜੇ ਨਹੀਂ ਸੀ ਸਮਝ ਰਿਹਾ ਪਰ ਐਦਾਂ ਕਿਸੇ ਨੂੰ ਮਾਰ ਦੇਣਾ ਕੋਈ ਵਧੀਆ ਗੱਲ ਨਹੀਂ ਸੋ ਦੁੱਖ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਨਾ ਜਿਹੜੇ ਸਿੱਧੂ ਮੂਸੇਵਾਲੇ ਵਾਲੇ ਵਰਗੇ ਲੋਕ ਨੇ ਇਹ ਨਿੱਤ ਨਹੀਂ ਜੰਮਦੇ ਮਿਊਜ਼ਿਕ ਇੰਡਸਟਰੀ ਦੀ ਜੇ ਗੱਲ ਕਰੀਏ ਜਿਵੇਂ ਚਮਕੀਲੇ ਦੇ ਨਾਮ ਹੋਇਆ ਨਾ ਉਦਾਂ ਸਿੱਧੂ ਮੂਸੇਵਾਲੇ ਦਾ ਅਲੱਗ ਦਾ ਹਮੇਸ਼ਾ ਰਹੂਗਾ ਖੈਰ ਇਹ ਬਦਲ ਜਾਂਦੀ ਹੈ ਜ਼ਿੰਦਗੀ ਵਿਕੀਪੀਡੀਆ ਦੇ ਉੱਤੇ ਸਿੱਧੂ ਮੂਸੇਵਾਲਾ ਇਜ਼ ਤੋਂ ਬਣ ਗਿਆ ਵਾਸ ਹੀ ਵਾਸ ਅ ਪੰਜਾਬੀ ਸਿੰਗਰ ਸ਼ੋਅ ਵੀ ਮੇਰੇ ਕੋਲ ਹੁਣ ਹੋਣੇ ਸੀਗੇ ਬਾਹਰ ਆਉਣਾ ਸੀਗਾ ਕੁਛ ਹੋ ਵੀ ਕਰਨੇ ਸੀਗੇ ਸਿੱਧੂ ਮਸੇਵਾਲੇ ਨੇ ਸੋ ਖੈਰ ਦੋਸਤੋ ਦੁੱਖ ਬਹੁਤ ਜ਼ਿਆਦਾ ਅਫਸੋਸ ਹੈ ਦੁੱਖ ਵੰਡ ਕੇ ਹੀ ਬੰਦੇ ਨੂੰ ਥੋੜਾ ਆਰਾਮ ਮਿਲਦਾ ਪਰ ਪਰਿਵਾਰ ਜਿਹੜਾ ਹੈ ਨਾ ਪਰਿਵਾਰ ਦੇ ਜਿਹੜੇ ਉਹਨਾਂ ਦੇ ਉੱਤੇ ਦੁੱਖ ਦਾ ਪਹਾੜ ਟੁੱਟਿਆ ਇੱਕ ਤਰ੍ਹਾਂ ਅਰਸ਼ ਤੋਂ ਫਰਸ਼ ਤੇ ਜਾਣ ਵਾਲਾ ਕੰਮ ਹੋਇਆ ਕਿਉਂਕਿ ਦੌਲਤਾਂ ਸ਼ੋਰਤਾਂ ਐ ਸਾਰਾ ਕੁਝ ਜੋ ਕੁਛ ਸਿੱਧੂ ਮਸੇਵਾਲੇ ਨੇ ਕਮਾਇਆ ਸੀ ਇਹ ਮੈਟਰ ਨਹੀਂ ਕਰਦੀਆਂ ਉਹਨਾਂ ਦਾ ਪੁੱਤ ਗਿਆ ਉਹਨਾਂ ਦਾ ਪਰਿਵਾਰ ਦਾ ਮੈਂਬਰ ਗਿਆ ਜਵਾਨ ਪੁੱਤ ਗਿਆ ਸੋ ਅਰਦਾਸ ਕਰਦੇ ਆਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਕਿ ਸਿੱਧੂ ਮਸੇਵਾਲੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਕਿ ਐਸੀ ਗਲਤੀ ਹੋਈ ਸੀ ਕਿ ਉਹਦੇ ਤੋਂ ਜਦੇ ਕਰਕੇ ਜੋ ਕੁਝ ਹੋਇਆ ਉਹ ਹੋਇਆ ਸ਼ਾਇਦ ਸੱਚ ਸਾਹਮਣੇ ਆਵੇ ਅਜੇ ਤਾਂ ਕੁਝ ਸਮਝ ਨਹੀਂ ਆ ਰਿਹਾ ਪੋਸਟਾਂ ਪਾਉਣਗੇ ਲੋਕ ਰੀਲਾਂ ਬਣਾਉਣਗੇ ਜਿੱਦਾਂ ਪਹਿਲਾਂ ਦੀਪ ਸਿੱਧੂ ਦੀਆਂ ਬਣਾਈਆਂ ਸੀਗੀਆਂ ਫਿਰ 2 ਮਹੀਨਿਆਂ ਬਾਅਦ ਮਿੰਨੇ ਬਾਅਦ ਉਹ ਮਿੰਨੇ ਬਾਅਦ ਆਪਣੇ ਆਪਣੇ ਕੰਮਾਂ ਚੱਪੜੇ ਰੁਝੇਵਿਆਂ ਚ ਬਿਜ਼ੀ ਹੋ ਜਾਣਗੇ ਫਿਰ ਕਹਿਣਗੇ ਹੁੰਦਾ ਸੀ ਉਹਦੇ ਗੀਪ ਸੀ ਉਹਨੂੰ ਮਾਰਤਾ ਸੀ ਸੋਚੋ ਸੋਚੋ ਅਮਨ ਭਾਈਚਾਰਾ ਪਿਆਰ ਮੁਹੱਬਤ ਜਿਉਓ ਤੇ ਜਿਉਣ ਦੋ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਸੱਚੀ ਕਹਾਣੀ